ਜਿਹੜੇ ਲੋਕ ਨਸ਼ਾ ਕਰਦੇ ਆ ਨਸ਼ੇ ਤਾਂ ਬਹੁਤ ਤਰ੍ਹਾਂ ਦੇ ਆ ਖਾਸ ਕਰਕੇ ਆਪਾਂ ਮੂੰਹ ਦੇ ਹਾਂ ਨਸ਼ੇ ਤੇ ਆਉਣੇ ਆ ਹੂੰ ਹੂੰ ਕਿ ਜਿਹਨੂੰ ਮਤਲਬ ਪੰਜਾਬੀ ਚ ਜਰਦਾ ਕਹਿੰਦੇ ਆ ਜਿਹਦੇ ਵਿੱਚ ਕਲੀ ਤੇ ਤਮਾਕੂ ਮਿਲਿਆ ਇਹ ਐਵੇਂ ਜਿੱਕਰ ਜਿਹੜਾ ਬੰਦਾ ਡੇਲੀ ਮੂੰਹ ਦੇ ਵਿੱਚ ਮਤਲਬ ਲਾਉਂਦਾ ਹੈਗਾ ਜੀ ਜਰਦਾ ਹੂੰ ਹੂੰ ਉਹਦੇ ਨਾਲ ਇੱਕ ਸਪੌਟ ਬਣ ਜਾਂਦਾ ਹੂੰ ਉਹ ਸਪੌਟ ਤੋਂ ਬਾਅਦ ਜੇ ਬੰਦਾ ਲਗਾਤਾਰ ਉਹ ਲੰਬੇ ਪੀੜ ਤੇ ਵਰਤਦਾ ਹੈ ਜੀ ਹੂੰ ਹੂੰ ਤੇ ਉਥੇ ਕਈ ਵਾਰੀ ਉਹ ਕੈਂਸਰ ਦਾ ਰੂਪ ਧਾਰਨ ਕਰਦਾ ਉਹਦਾ ਮੇਨ ਜਿਹੜਾ ਤੁਸੀਂ ਵਿਰੇਜਨ ਪੁੱਛ ਰਹੇ ਹੋ ਮੇਨ ਉਹੀ ਹੈ ਕਿ ਵੀ ਜਿਹੜਾ ਡੇਲੀ ਤਮਾਕੂ ਤੇ ਕਲੀ ਜਾ ਕੇ ਟਿਕਣੀ ਹੈ ਇੱਕ ਮਿਊਕਸ ਮੈਂਬਰਨ ਉਹ ਇੰਗਲਿਸ਼ ਦਾ ਵਰਡ ਹੈ ਜੀ ਮਤਲਬ ਚਿੱਲੀਆਂ ਪੰਜਾਬੀ ਚ ਓਕੇ ਉਹ ਬਾਹਰਲੀ ਸਕਿਨ ਨਾਲੋਂ ਵੀ ਕਈ ਗੁਣਾ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਜਿਹੜਾ ਇੱਕ ਨਸ਼ੇ ਨਾਲ ਹੂੰ ਹੂੰ ਬਣਿਆ ਅਲਸਰ ਹਾਂ ਜਾਂ ਕੈਂਸਰ ਦਾ ਰੂਪ ਧਾਰਨ ਕਰਨ ਜਣਾ ਉਹ ਓਵਰ ਯੂਜ਼ਸ ਕਿਸੇ ਵੀ ਚੀਜ਼ ਦਾ ਜੂਜ਼ ਜ਼ਿਆਦਾ ਕਰਨ ਤੋਂ ਬਾਅਦ ਮੂੰਹ ਦਾ ਕੈਂਸਰ ਬਣਦਾ ਠੀਕ ਹੈ ਜੀ ਨਹੀਂ ਉਹ ਉਹ ਤਾਂ ਹੋ ਜਾਂਦੇ ਜਦੋਂ ਸੈਕੰਡ ਸਟੇਜ ਦੇ ਉੱਤੇ ਲੱਗ ਜਿਵੇਂ ਆਪਾਂ ਕਹਿੰਦੇ ਹਾਂ ਉੱਥੇ ਤਾਂ ਉੱਥੇ ਤਾਂ ਜਾਇਜ਼ ਜੀ ਫਿਰ ਮੈਂ ਜੇ ਲੋਕਾਂ ਦੇ ਪ੍ਰੈਕਟੀਕਲੀ ਦੱਸਾਂ ਉਹਨਾਂ ਦੇ ਤਾਂ ਡਾਕਟਰਾਂ ਨੇ ਜਵਾੜਾ ਵੀ ਕੱਢਤਾ ਉਹ ਫਿਰ ਅੱਗੇ ਤੁਰ ਜਾਂਦੇ ਤੇ ਫਸਟ ਸਟੇਜ ਦੇ ਵਿੱਚ ਤੁਸੀਂ ਮਿਲ ਲੈਂਦੇ ਹੋ ਜੀ ਤਾਂ ਉਹ ਜਿਹੜੇ ਕੈਂਸਰ ਦੇ ਸੈੱਲ ਉਸ ਨਾਲ ਪ੍ਰੋਡਿਊਸ ਹੋਇਆ ਜੀ ਜਰਦੇ ਨਾਲ ਉਹ ਰਿਕਵਰ ਕਰ ਜਾਂਦੀ ਜੀ ਬੋਡੀ ਹਾਂ ਜੀ ਵਕਤ ਫਾਰ ਯੂਚ ਡਾਕਟਰ ਮਕੇ ਜੀ ਪਹੁੰਚ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਾਰਿਆਂ ਡਾਕਟਰ ਸਾਹਿਬ ਅੱਜ ਦਾ ਸਾਡਾ ਜਿਹੜਾ ਟੌਪਿਕ ਚੱਲ ਰਿਹਾ ਵਾ ਮੇਰਾ ਦੇਚ ਪ੍ਰੋਗਰਾਮ ਦੇ ਵਿੱਚ ਉਹ ਹੈਗਾ ਕਿ ਨਸ਼ਾ ਕੀ ਆ ਤੇ ਲੋਕ ਕਿਉਂ ਕਰਦੇ ਆ ਸੋ ਹੈਲਥ ਟਿਪ ਦੇ ਵਿੱਚ ਵੀ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਮੂੰਹ ਦਾ ਕੈਂਸਰ ਜਿਹੜਾ ਹੁੰਦਾ ਉਹ ਕਈ ਐਸੇ ਨਸ਼ੇ ਨਾਲ ਹੁੰਦਾ ਜਿਹਦੇ ਕਰਕੇ ਉਹ ਕੈਂਸਰ ਬਿਮਾਰੀ ਵਾਧੀ ਵਾਧੀ ਕੈਂਸਰ ਬਣ ਜਾਂਦਾ ਸੋ ਕਿਹੜੇ ਨਸ਼ੇ ਆ ਜਿਨ੍ਹਾਂ ਨਾਲ ਮੂੰਹ ਦਾ ਕੈਂਸਰ ਹੁੰਦਾ ਹਾਂਜੀ ਜੀ ਜੀ ਤੁਹਾਡਾ ਬੜਾ ਵਧੀਆ ਕੁਐਸਚਨ ਹੈਗਾ ਕਈ ਵੀ ਜਿਹੜੇ ਲੋਕ ਨਸ਼ਾ ਕਰਦੇ ਆ ਨਸ਼ੇ ਤਾਂ ਬਹੁਤ ਤਰ੍ਹਾਂ ਦੇ ਆ ਖਾਸ ਕਰਕੇ ਆਪਾਂ ਮੂੰਹ ਦੇ ਹਾਂ ਨਸ਼ੇ ਤੇ ਆਉਣੇ ਆ ਹੂੰ ਹੂੰ ਕਿ ਜਿਹਨੂੰ ਮਤਲਬ ਪੰਜਾਬੀ ਚ ਜਰਦਾ ਕਹਿੰਦੇ ਆ ਜਿਹਦੇ ਵਿੱਚ ਕਲੀ ਤੇ ਤਮਾਕੂ ਮਿਲਿਆ ਹੁੰਦਾ ਜੀ ਹਾਂਜੀ ਕਲੀ ਤੁਹਾਨੂੰ ਪਤਾ ਕਿ ਕਲੀ ਅਸੀਂ ਘਰਾਂ ਨੂੰ ਕਰਦੇ ਆ ਤੇ ਜੇ ਕਿਤੇ ਕਲੀ ਨੂੰ ਹੱਥ ਲਾ ਲਓ ਤੇ ਹੱਥ ਤੋਂ ਵੱਡੇ ਜਾਂਦੇ ਆ ਕਰੈਕ ਹੋ ਜਾਂਦੀ ਜਿੰਦਾ ਠੀਕ ਹੈ ਤੇ ਐਵੇਂ ਜਿੱਕਰ ਜਿਹੜਾ ਬੰਦਾ ਡੇਲੀ ਮੂੰਹ ਦੇ ਵਿੱਚ ਮਤਲਬ ਲਾਉਂਦਾ ਹੈਗਾ ਜੀ ਜਰਦਾ ਹਾਂ ਹੂੰ ਹੂੰ ਉਹਦੇ ਨਾਲ ਇੱਕ ਸਪੌਟ ਬਣ ਜਾਂਦਾ ਹੈ ਹੂੰ ਉਸ ਪੋਟ ਤੋਂ ਬਾਅਦ ਜੇ ਬੰਦਾ ਲਗਾਤਾਰ ਉਹ ਲੰਬੇ ਪੀੜ ਤੇ ਵਰਤਦਾ ਜੀ ਤੇ ਉਥੇ ਕਈ ਵਾਰੀ ਉਹ ਕੈਂਸਰ ਦਾ ਰੂਪ ਧਾਰਨ ਕਰ ਜਾਂਦਾ ਓਕੇ ਆਮ ਤੁਸੀਂ ਸੁਣਿਆ ਹੋਣਾ ਫਲਾਨੇ ਪਰਸਨ ਨੂੰ ਜੀਭ ਦਾ ਜਾਂ ਮੂੰਹ ਦਾ ਕੈਂਸਰ ਹੋ ਗਿਆ ਹਾਂਜੀ ਯਾ ਤਾਂ ਉਹਦਾ ਮੇਨ ਜਿਹੜਾ ਤੁਸੀਂ ਵਿਰੇਜਨ ਪੁੱਛ ਰਹੇ ਹੋ ਮੈਨੂੰ ਇਹ ਕਿ ਵੀ ਜਿਹੜਾ ਡੇਲੀ ਤਮਾਕੂ ਤੇ ਕਲੀ ਜਾ ਕੇ ਟਿਕਣੀ ਹੈ ਇੱਕ ਮਿਊਕਸ ਮੈਂਬਰਨ ਉਹ ਇੰਗਲਿਸ਼ ਦਾ ਵਰਡ ਹੈ ਜੀ ਮਤਲਬ ਚਿੱਲੀਆਂ ਪੰਜਾਬੀ ਚ ਓਕੇ ਓਕੇ ਉਹ ਬਾਹਰਲੀ ਸਕਿਨ ਨਾਲੋਂ ਵੀ ਕਈ ਗੁਣਾ ਜ਼ਿਆਦਾ ਸੈਂਸਿਟਿਵ ਹੁੰਦੀਆਂ ਜੀ ਓਕੇ ਉਹ ਜਦੋਂ ਬੰਦਾ ਨਹੀਂ ਧਿਆਨ ਰੱਖਦਾ ਹੂੰ ਡਾਕਟਰ ਕੋਲੇ ਜਾਂਦਾ ਉਹ ਤਾਂ ਆਮ ਛਾਲਾ ਹੀ ਸਮਝ ਜਾਂਦਾ ਹੂੰ ਛਾਲਿਆਂ ਦੇ ਵਿਸ਼ੇ ਤੇ ਆਪਾਂ ਫੇਰ ਆਵਾਂਗੇ ਉਹ ਮੂੰਹ ਦੇ ਛਾਲੇ ਵੱਖਰੀ ਚੀਜ਼ ਹੈ ਜੀ ਓਕੇ ਉਹ ਤਾਂ ਮਿਹਦੇ ਦੀ ਗਰਮੀ ਨਾਲ ਵੀ ਹੋ ਜਾਂਦੇ ਆ ਤੇਜਾਬ ਨਾਲ ਵੀ ਹੋ ਜਾਂਦੇ ਬਟ ਜਿਹੜਾ ਇੱਕ ਨਸ਼ੇ ਨਾਲ ਹੂੰ ਹੂੰ ਬਣਿਆ ਅਲਸਰ ਜਾ ਕੈਂਸਰ ਦਾ ਰੂਪ ਧਾਰਨ ਕਰਨ ਜਾਂ ਉਹ ਓਵਰ ਯੂजेस ਕਿਸੇ ਵੀ ਚੀਜ਼ ਦਾ ਜੂਜ ਜ਼ਿਆਦਾ ਕਰਨ ਤੋਂ ਬਾਅਦ ਮੂੰਹ ਦਾ ਕੈਂਸਰ ਬਣ ਜਾਂਦਾ ਏ। ਸੋ ਜਿਹੜੇ ਲੋਕ ਤਮਾਕੂ ਹੈਗਾ ਲਾਉਂਦੇ ਆਪਣੇ ਮੂੰਹ ਦੇ ਜ਼ਰਦਾ ਕਹਿੰਦੇ ਛਤ ਤਮਾਕੂ ਨਹੀਂ ਜ਼ਰਦਾ ਸੋ ਜ਼ਰਦਾ ਲਾਉਂਦੇ ਆ ਉਹਦਾ ਕਿਹੋ ਜਿਹਾ ਨਸ਼ਾ ਵੀ ਉਹ ਕਿਉਂ ਉਹ ਵੀ ਰਿਪੀਟ ਜਿਵੇਂ ਆਪਾਂ ਹਰ ਚੀਜ਼ ਰਿਪੀਟ ਕਰਦੇ ਆ ਉਹ ਬਾਡੀ ਨੂੰ ਕਿਸ ਤਰ੍ਹਾਂ ਕੀ ਕੀ ਨਸ਼ਾ ਦਿੰਦਾ ਕੀ ਬਦਲ ਦਿੰਦਾ ਬਾਡੀ ਦਾ ਬੁੱਧੀ ਮਾਰ ਦਿੰਦਾ ਜੋ ਵਿਚਰਾਪੀ ਕਿਤਾ ਕਹਿੰਦੇ ਆ ਉਦ ਮਨ ਜਾਂਦੀ ਆ ਦੇਖੋ ਜੀ ਅੱਜ ਹੀ ਕੁਝ ਮਤਲਬ ਪ੍ਰੈਕਟੀਕਲੀ ਪੇਸ਼ੈਂਟਾਂ ਦੇ ਜਿਹੜੇ ਮਤਲਬ ਆਪਣੇ ਆਪਣੇ ਐਕਸਪੀਰੀਅੰਸ ਹਰ ਬੰਦੇ ਦੇ ਆਟੋਮੈਟਿਕ ਹੁੰਦੇ ਜੀ ਕਈ ਬੱਚੇ ਮਤਲਬ ਨਸ਼ੇ ਨੂੰ ਸ਼ੌਂਕ ਦੇ ਤੌਰ ਤੇ ਲਾਉਂਦੇ ਆ ਓਕੇ ਜਿਵੇਂ ਕੋਈ ਵੱਡਾ ਬੰਦਾ ਲਾਉਂਦਾ ਹੁਣੇ ਕਹਿੰਦਾ ਤੂੰ ਇੱਕ ਤਜਰਬੇ ਦੇ ਤੌਰ ਤੇ ਲਾ ਕੇ ਦੇਖ ਲੈ ਸਮਾਂ ਦੀ ਫਰਸਟ ਟਾਈਮ ਕਈ ਬੰਦੇ ਨੇ ਜਦੋਂ ਕਿਤੇ ਲਾਇਆ ਕਹਿੰਦੇ ਵੀ ਸਾਡੀਆਂ ਤਾਂ ਅੱਖਾਂ 'ਚ ਹਨੇਰਾ ਆ ਗਿਆ ਹਾਂ ਉਲਟੀ ਆ ਗਈ ਵੋਮਿਟਿੰਗ ਆਗਣਾ ਨਾਲ ਹੀ ਬਣ ਕੇ ਲੂਜ ਮੋਸ਼ਨ ਵੀ ਲੱਗ ਗਏ ਠੀਕ ਹੈ ਜੀ ਤੇ ਅੱਧਾ ਘੰਟਾ ਉਹਨਾਂ ਨੂੰ ਸੁਰਤ ਵੀ ਨਹੀਂ ਆਈ। ਹੂੰ। ਪਰ ਫਿਰ ਵੀ ਉਹਨਾਂ ਨੇ ਦੁਬਾਰਾ ਲਾ ਲਿਆ। ਦੁਬਾਰਾ ਲਾ ਲਿਆ ਫਿਰ ਉਹ ਦੂਜਾ ਟ੍ਰੇਲ ਕੱਟ ਕਰਕੇ ਲਾਇਆ ਜੀ। ਓਕੇ। ਫਿਰ ਉਹਦੇ ਮਤਲਬ ਯੂਜ਼ 2 ਹੋ ਗਏ। ਓਕੇ। ਤੇ ਉਹ ਇੱਕ ਨਰਬ ਨੂੰ ਐਕਟਿਵ ਕਰਦਾ ਜੀ। ਓਕੇ। ਮਤਲਬ ਉਹ ਕੋਈ ਮਤਲਬ ਐਡਾ ਵਧੀਆ ਨਹੀਂਗਾ ਕਹਿਣ ਤੋਂ ਪਹਿਲਾਂ ਵੀ ਨਸ਼ਾ ਦਾ ਕੋਈ ਵੀ ਨਹੀਂ ਵਧੀਆ। ਯਾ। ਪਰ ਜਿਹੜਾ ਤੁਸੀਂ ਮੂੰਹ ਦੇ ਕੈਂਸਰ ਜਾਂ ਸਾਲਿਆਂ ਦੀ ਗੱਲ ਕਰਦੇ ਹੋ ਉਹ ਸਿਰਫ ਤੇ ਸਿਰਫ ਜਿਹੜਾ ਕੱਥਾ ਤੇ ਜ਼ਰਦਾ ਇਹਨਾਂ ਦੀ ਦੇਣ ਆ ਜੀ ਫਿਰ ਜਦੋਂ ਡਾਕਟਰ ਤੀਜੀ ਸਟੇਜ ਚ ਕਹਿੰਦਾ ਜੀ ਇਹ ਤਾਂ ਮਿਊਕਸ ਮੈਂਬਰ ਚ ਨੀਂਗਾ ਗਾਰਤੀਆਂ ਤੁਹਾਡੀਆਂ ਫਿਰ ਸਾਰੇ ਪਰਿਵਾਰ ਨੂੰ ਹੱਥਾਂ ਦੀ ਪੈ ਜਾਂਦੀ ਹੈ ਜੀ ਤਾਂ ਇਸ ਕਰਕੇ ਮੇਰੀ ਕਾਡਵਾਈਜ਼ ਹੈ ਜੇ ਕੋਈ ਅਣਜਾਣੇ ਦੇ ਵਿੱਚ ਬੱਚਾ ਲੱਗ ਗਿਆ ਜਾਂ ਵੱਡਾ ਵੀ ਲੱਗ ਗਿਆ ਜੇ ਉਹ ਜਰਦੇ ਨੂੰ ਛੱਡਣਾ ਚਾਹੁੰਦਾ ਹੈ ਤਾਂ ਹੋਮੋਪੈਥਿਕ ਦੇ ਵਿੱਚ ਬੜੀਆਂ ਵਧੀਆ ਦਵਾਈਆਂ ਜੀ ਓਕੇ ਬਿਨਾ ਕਿਸੇ ਸਾਈਡ ਇਫੈਕਟ ਤੋਂ ਉਹ ਛੱਡਿਆ ਜਾ ਸਕਦਾ ਹੈ ਈਵਨ ਕਿ ਫਰਸਟ ਸਟੇਜ ਦੇ ਵਿੱਚ ਜੇ ਹਜੇ ਜ਼ਖਮ ਹੋਇਆ ਕੱਲਾ ਹਾਂ ਉਹਦਾ ਵੀ ਟ੍ਰੀਟਮੈਂਟ ਹੋ ਜਾਂਦਾ ਜੀ ਉਹਦਾ ਵੀ ਹੋ ਜਾਂਦਾ ਜੋ ਕੈਂਸਰ ਨਹੀਂ ਬਣਿਆ ਜੀ ਕੈਂਸਰ ਨਹੀਂ ਬਣਿਆ ਜੀ ਜੇ ਮੂੰਹ ਦਾ ਕੈਂਸਰ ਬਣ ਜਾਂਦਾ ਫਰਸਟ ਸਟੇਜ ਦੇ ਵਿੱਚ ਹੈ ਜੀ ਕੰਟਰੋਲ ਓਕੇ ਫਰਸਟ ਦੇ ਵਿੱਚ ਸੈਕੰਡ ਜਾਂ ਥਰਡ ਦੇ ਵਿੱਚ ਜੇ ਜੀ ਕੋਈ ਮਤਲਬ ਟ੍ਰੀਟ ਨਹੀਂ ਉਹਦਾ ਹੁੰਦਾ ਦੇ ਇਹ ਜਦੋਂ ਮੂੰਹ ਦਾ ਕੈਂਸਰ ਬਣਦਾ ਲਾਈਕ ਆਮ ਤਾਂ ਹੁੰਦਾ ਕਿ ਜੋ ਕੋਈ ਕੈਂਸਰ ਹੁੰਦਾ ਤੇ ਉਹ ਚੀਜ਼ ਨੂੰ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ ਨਾ ਬਟ ਕਿ ਮੂੰਹ ਵੀ ਬਚਾਇਆ ਜਾ ਸਕਦਾ ਉਹਦੇ ਉਹਦੇ ਚ ਕੁਛ ਕਿ ਨਹੀਂ ਬਸ ਮੂੰਹ ਤਾਂ ਸਾਰੇ ਗਾ ਕੀ ਇਹਦਾ ਕੀ ਹੈ ਜੇ ਫਸਟੇਜ ਦੇ ਵਿੱਚ ਤੁਸੀਂ ਮਿਲ ਲੈਂਦੇ ਹੋ ਜੀ ਹਾਂ ਤਾਂ ਉਹ ਜਿਹੜੇ ਕੈਂਸਰ ਦੇ ਸੈੱਲ ਉਸ ਨਾਲ ਪ੍ਰੋਡਿਊਸ ਹੋਇਆ ਜੀ ਜੜ ਦੇ ਨਾਲ ਉਹ ਰਿਕਵਰ ਕਰ ਜਾਂਦੀ ਜੀ ਬੋਡੀ ਹਾਂਜੀ ਠੀਕ ਹੈ ਜੀ ਨਹੀਂ ਉਹ ਤਾਂ ਹੋ ਜਾਂਦਾ ਜਦੋਂ ਸੈਕੰਡ ਸਟੇਜ ਦੇ ਉੱਤੇ ਲੱਗ ਕੇ ਜਿਵੇਂ ਉਹ ਤੇ ਉੱਥੇ ਤਾਂ ਉੱਥੇ ਤਾਂ ਜਾ ਜੀ ਫਿਰ ਮੈਂ ਜੇ ਲੋਕਾਂ ਦੇ ਪ੍ਰੈਕਟੀਕਲੀ ਦਸਾਂ ਉਹਨਾਂ ਦੇ ਤਾਂ ਡਾਕਟਰਾਂ ਨੇ ਜਵਾੜਾ ਵੀ ਕੱਢਤਾ ਉਹ ਫੇਰ ਅੱਗੇ ਤੁਰ ਜਾਂਦਾ ਜੀ ਓਹੋ ਹਾਂ ਜੀ ਵੱਧਦਾ ਜੀ ਜੇ ਹੁਣ ਇਮਿਊਨਿਟੀ ਹੀ ਬਰਕਰਾਰ ਰਹੇਗੀ ਤਾਂ ਉਹ ਕੈਂਸਰ ਦੇ ਸੈੱਲ ਉਹ ਖਤਮ ਕਰ ਦਿੰਦੀ ਹੈ ਮੈਡੀਸਿਨ ਓਕੇ ਕੁਛ ਦਿਨ ਦੇ ਵਿੱਚ ਹੀ ਓਕੇ ਤੇ ਉਹ ਮਤਲਬ ਰਿਪੋਰਟ ਵੀ ਨੈਗੇਟਿਵ ਆ ਜਾਂਦੀ ਹੈ ਠੀਕ ਹੈ ਬਟ ਫਸਟ ਸਟੇਜ ਦੇ ਵਿੱਚ ਫੇਰ ਮੈਂ ਦੁਬਾਰਾ ਰਿਪੀਟ ਕਰਨਾ ਸੈਕੰਡ ਤੇ ਥਰਡ ਦੇ ਵਿੱਚ ਇਹੀ ਕਵਾਂਗੇ ਕਿ ਨਸ਼ਿਆਂ 'ਚ ਕੁਛ ਨਹੀਂ ਪ ਸੋ ਪਲੀਜ਼ ਛੇਕਰ ਕੋਈ ਤੁਹਾਨੂੰ ਲੱਗਦਾ ਕਿ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਹੋਰ ਇਸ ਨਸ਼ਾ ਕਰ ਰਿਹਾ ਤੇ ਜਰੂਰ ਡਾਕਟਰ ਸਾਹਿਬ ਨੂੰ ਮਿਲੋ ਤਾਂ ਕਿ ਉਸ ਨੂੰ ਅਸੀਂ ਉਸ ਨਸ਼ੇ ਤੋਂ ਛੁਡਾ ਸਕੀਏ ਨਸ਼ਾ ਜ਼ਿੰਦਗੀ ਚ ਛੇਕਰ ਕਿਤੇ ਲੱਗ ਵੀ ਗਿਆ ਤਦ ਨੂੰ ਛੱਡਣਾ ਸੌਖਾ ਹੀ ਆ ਜੇਕਰ ਤੁਹਾਡਾ ਮਨ ਉਸ ਗੱਲ ਦੇ ਨਾਲ ਪ੍ਰੇਅਰ ਸੋ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਸਤਿ